ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨਾਂ ਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚਣਾ ਜਾਰੀ ਹੈ। ਇਸ ਦੇ ਤਹਿਤ ਗੁਰਦੁਆਰਾ ਅਰਬਨ ਸਟੇਟ ਕਪੂਰਥਲਾ, ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸਭਾ ਲਾਹੌਰੀ ਗੇਟ ਕਪੂਰਥਲਾ ਅਤੇ ਪਿੰਡ ਧਨੋਆ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚਣ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨਾਂ ਦੀ ਅਗਵਾਈ ਕਰ ਰਹੇ ਪੰਜਾਂ ਪਿਆਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਇਹਨਾਂ ਨਗਰ ਕੀਰਤਨਾਂ ਅੱਗੇ ਨਤਮਸਤਕ ਹੋਈਆਂ। ਭਾਈ ਸੁਰਜੀਤ ਸਿੰਘ ਜੀ, ਗੁਰਦੁਆਰਾ ਸਿੱਖੀ ਦੀ ਨਿਆਈ ਭਾਈ ਮਨੀ ਸਿੰਘ ਸ਼ਹੀਦਾਂ ਦੇ ਮੁੱਖ ਸੇਵਾਦਾਰ, ਪਿੰਡ ਹੈਦਰਾਨਗਰ ਜੋ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮੌਜੂਦ ਹੈ, 10 ਉੱਥੋਂ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਦਰਸ਼ਨਾਂ ਵਾਸਤੇ ਸੁਲਤਾਨਪੁਰ ਲੋਧੀ ਪਹੁੰਚੇ। ਔਰ ਇਹ ਖੁਸ਼ੀ ਜੋ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, 10 ਪਿਛਲੇ ਐਤਵਾਰ ਵੀ ਇੱਥੇ ਹੋ ਕੇ ਗਿਆ ਅਤੇ ਹੁਣ ਵੀ ਦੁਬਾਰਾ ਸੰਗਤਾਂ ਨੂੰ ਨਾਲ ਲੈ ਕੇ ਫਿਰ ਦੁਬਾਰਾ ਗੁਰੂ ਦੀ ਚਰਨ ਛੋਹ ਧਰਤੀ ਦੇ ਉੱਤੇ ਆ ਕੇ ਪ੍ਰਣਾਮ ਕਰਨ ਆਏ ਹਾਂ, ਕਿਉਂਕਿ ਅੱਜ ਸਾਨੂੰ ਇੱਕ ਬਹੁਤ ਵੱਡੀ ਸਾਡੇ ਉਹ 550 ਸਾਲਾਂ ਤੋਂ ਇਸ ਧਰਤੀ ਜੋ ਕਾਫੀ ਪਿਛੋਕੜ ਪਿੱਛੇ ਪਈ ਸੀ, ਅੱਜ ਉਸ ਨੂੰ ਭਾਗ ਲੱਗੇ। ਅੱਜ ਇੱਥੇ ਸਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਜੋ ਰੰਗ ਵੇਖਣ ਨੂੰ ਮਿਲ ਰਿਹਾ ਹੈ, ਆਸ ਹੈ ਕਿ ਸੰਗਤਾਂ ਜਿਹੜੀਆਂ ਨੇ ਬਹੁਤ ਵੱਡੀ ਤਾਦਾਦ ਵਿੱਚ ਗੁਰੂ ਘਰ ਦੀਆਂ ਜੋ ਜਿੱਥੇ ਨਮਸਤਕ ਹੋਣ ਵਾਸਤੇ ਗੁਰੂ ਨਾਨਕ ਦੇ ਇਸ ਘਰ 'ਚ ਆ ਰਹੀਆਂ ਹਨ, ਇੱਥੇ ਬੇਬੇ ਨਾਨਕੀ ਜੀ ਦਾ ਗੁਰਦੁਆਰਾ ਸਾਹਿਬ, ਜਿੱਥੇ ਸਾਹਿਬ ਜੀ ਨੂੰ ਆਪਣੇ ਕੋਲ ਰੱਖ ਕੇ ਮੋਦੀਖਾਨੇ ਦੇ ਵਿੱਚ ਨੌਕਰੀ 'ਤੇ ਲਵਾਇਆ, ਜਿੱਥੇ ਗੁਰੂ ਮਹਾਰਾਜ ਨੇ ਦੌਲਤਖਾਨੇ ਦੇ ਵਿੱਚ 13-13 ਤੋਲ ਕੇ ਵੀ ਇਹ ਤੇਰਾ ਹੈ, ਤੇਰਾ ਹੈ, ਤੇਰਾ ਹੈ, ਸਭ ਨੂੰ ਅਨਾਜ ਜੋ ਵੀ ਧਨ ਦੌਲਤ ਸੀ ਉਹਨਾਂ ਨੂੰ ਵੰਡੀਆਂ। ਉਸ ਦੇ ਨਾਲ ਹੀ ਬੇਰ ਸਾਹਿਬ ਗੁਰਦੁਆਰਾ ਸਾਹਿਬ ਨੇ ਜਿੱਥੇ ਮਹਾਰਾਜ ਨੇ ਵੇਈ ਨਦੀ ਦੇ ਵਿੱਚ ਚੁੱਭੀ ਮਾਰ ਕੇ 3 ਦਿਨ ਅਲੋਪ ਰਹੇ ਔਰ ਅਕਾਲ ਪਰਮਾਤਮਾ ਤੋਂ ਉਹ ਆਪਣੀ ਇੱਕ ਕਾਰਜਕਾਰੀ ਸ੍ਰਿਸ਼ਟੀ ਜੋ ਇਸ ਦੁਨੀਆ 'ਤੇ ਲੈ ਕੇ ਆਏ, ਜਿਨ੍ਹਾਂ ਦੇ ਵਿੱਚ ਉਹ ਜਗਤ ਗੁਰੂ ਪੂਰੇ ਸੰਸਾਰ ਵਿਸ਼ਵ ਭਰ ਦੇ ਗੁਰੂ ਪਾਏ। ਔਰ ਇਹਦੇ ਨਾਲ ਹੀ ਜਿੱਥੇ ਇਹ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਹੁਣ ਆਤਮ ਧਿਆਨ ਧਰ ਗੁਰਦੁਆਰਾ ਸਾਹਿਬ ਵਿੱਚ ਆਪਾਂ ਖੜ੍ਹੇ ਹਾਂ, ਇੱਥੇ ਗੁਰੂ ਮਹਾਰਾਜ ਨੇ ਨਮਾਜ਼ ਅਦਾ ਕਰਨ ਵਾਸਤੇ ਜਦੋਂ ਇੱਥੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਗੁਰੂ ਮਹਾਰਾਜ ਨੇ ਜਦੋਂ ਨਮਾਜ਼ ਕਰਨ ਵਾਸਤੇ ਖੜ੍ਹੇ ਰਹੇ, ਬਾਕੀ ਜਿੰਨੇ ਵੀ ਕਾਜੀ ਸੀ, ਮੁੱਲੇ ਸੀ, ਉਹ ਕੋਢੇ ਹੋ ਕੇ ਨਮਾਜ਼ ਅਦਾ ਕਰਦੇ ਰਹੇ, ਲੇਕਿਨ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਅਤੇ ਕਾਜੀ ਨੂੰ ਕਿਹਾ ਕਿ ਗੁਰੂ ਮਹਾਰਾਜ ਜਿਹੜੇ ਨੇ ਵੀ ਉਹ ਆਪ ਤਾਂ ਨਮਾਜ਼ ਅਦਾ ਨਹੀਂ ਕਰ ਰਹੇ, ਅਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਨਮਾਜ਼ ਤੁਸੀਂ ਅਦਾ ਨਹੀਂ ਕੀਤੀ, ਮੈਂ ਤਾਂ ਨਮਾਜ਼ ਅਦਾ ਕੀਤੀ ਹੈ, ਕਿਉਂਕਿ ਤੁਸੀਂ ਆਪਣੇ ਘਰ ਦੇ ਵਿੱਚ ਜੋ ਵਛੇਰੀ ਹੈ ਉਸਨੇ ਛੋਟੀ ਹੈ ਜਿਹੜੀ ਹੁਣ ਹੋਈ ਹੈ, ਉਹਦੇ ਕੋਲ ਇੱਕ ਖੂਹ ਹੈ ਛੋਟਾ ਜਿਹਾ, ਵੀ ਕਿਤੇ ਉਹ ਵਿੱਚ ਡਿੱਗ ਕੇ ਮਰ ਨਾ ਜਾਏ, ਇਸ ਕਰਕੇ ਤੁਹਾਡਾ ਖਿਆਲ ਤਾਂ ਘਰ ਸੀ। 550 ਸਾਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜੋ ਚੱਲ ਰਿਹਾ, ਉਸ ਦੇ ਵਿੱਚ ਪੂਰੇ ਵਿਸ਼ਵ ਭਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਜੋ ਸੰਗਤਾਂ ਇੱਥੇ ਆ ਰਹੀਆਂ ਨੇ, ਉਹਨਾਂ ਦੇ ਆਉਣ ਵਾਸਤੇ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸਰਕਾਰ ਮਿਲ ਕੇ ਸਾਰੇ ਵੱਡੇ ਪੱਧਰ ਦੇ ਉੱਤੇ ਸਾਰੇ ਨਗਰ ਨੂੰ ਔਰ ਸਾਰੇ ਇਸ ਇਲਾਕੇ ਨੂੰ ਜਿੱਥੇ ਪੰਜਾਬ ਦੀ ਧਰਤੀ ਪੂਰੀ ਸਮੁੱਚੀ ਜਿਨ੍ਹਾਂ ਦੇ ਵਿੱਚ ਇਹ ਮਾਣ ਸਤਿਕਾਰ ਪੂਰੇ ਪੰਜਾਬ ਨੂੰ ਨਹੀਂ ਪੂਰੇ ਵਰਲਡ ਹਿੰਦੁਸਤਾਨ ਨੂੰ ਜਾਂਦਾ, ਤਾਂ ਕਿ ਉਹਦੇ ਵਿੱਚ ਇਸ ਤਰ੍ਹਾਂ ਦਾ ਜੋ ਪ੍ਰੋਗਰਾਮ ਹੋ ਰਿਹਾ ਹੈ ਜਿਹਦੇ ਵਿੱਚ ਅਸੀਂ 550 ਸਾਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਨਾ ਰਹੇ ਹਾਂ, ਸਾਰੀਆਂ ਸਤ ਸੰਗਤਾਂ ਦਾ ਇੱਥੇ ਪਹੁੰਚਣ 'ਤੇ ਕੋਟਨ ਕੋਟ ਧੰਨਵਾਦ ਹੈ ਔਰ ਸਭ ਨੂੰ ਜੀ ਆਇਓ ਹੈ।